ਕਰ ਰਹੇ ਹੋ ਲਿਵਿੰਗ ਇੰਡੀਆ ਨਿਊ ਬਿਲਕੁਲ ਅਕਾਲੀ ਦਲ ਸਿੱਧੇ ਤੌਰ ਤੇ ਕਹਿ ਰਿਹਾ ਹੈ ਕਿ ਸਿਰ ਬਾਬੇ ਨਾਨਕ ਨੂੰ ਸਮਰਪਿਤ ਹੋਣਾ ਚਾਹੀਦਾ ਇਸੀ ਬਿੱਲ ਫਾਇਦੇ ਵਾਲੀ ਨਹੀਂ ਲੈ ਕੇ ਆਣੀ ਚਾਹੀਦੇ ਜਦ ਕਿ ਸਰਕਾਰ ਜਾਂ ਕਾਂਗਰਸ ਪਾਰਟੀ ਕੋਝੋਰ ਕਰ ਰਹੀ ਹੈ ਰਾਜਾ ਵਰਿੰਗ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਨਾਲੇ ਸਿੱਧੂ ਬਾਰੇ ਵੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਸੁਣ ਲਿਆ ਸਾਡਾ ਪ੍ਰਕਾਸ਼ਪਰ ਨੂੰ ਸਮਰਪਿਤ ਅੱਜ ਸਪੈਸ਼ਲ ਇਜਲਾਸ ਬੁਲਾਇਆ ਗਿਆ ਸਾਡੇ ਨਾਲ ਮੌਜੂਦ ਨੇ ਰਾਜਾ ਵੜਿੰਗ ਜੀ ਰਣ ਸਾਹਿਬ ਕਿਵੇਂ ਵੇਖਦੇ ਹੋ ਅੱਜ ਇੱਕ ਹਰਿਆਣਾ ਨੂੰ ਵੀ ਇਨਵਾਈਟ ਕੀਤਾ ਗਿਆ ਇਸ ਵਿਧਾਨ ਸਭਾ 70 ਦੇ ਵਿੱਚ ਕਿਹੋ ਜਿਹਾ ਅੱਜ ਤੁਹਾਨੂੰ ਮਾਹੌਲ ਲੱਗੇਗਾ ਮੈਂ ਸਮਝਦਾ ਕਿ ਇੱਕ ਚੰਗੀ ਪਿਰਤ ਹੈ ਹਰਿਆਣਾ ਸਾਡਾ ਗਵਾਂਡੀ ਸੂਬਾ ਹੈ ਸਾਨੂੰ ਗੁਰੂ ਨਾਨਕ ਦਾ ਦਿਹਾੜਾ ਵੰਡਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਚੰਗੀ ਗੱਲ ਹੈ ਕਿ ਦੋਵੇਂ ਪੰਜਾਬ ਦੇ ਮੁੱਖ ਮੰਤ ਪੰਜਾਬ ਜਿਹੜਾ ਵੱਡਾ ਪੰਜਾਬ ਸੀਗਾ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਔਰ तमाम ਲੀਡਰ ਸਹਿਬਾਨ ਜੁਆਇੰਟ ਸੈਸ਼ਨ ਦੇ ਵਿੱਚ ਬਾਟ ਕੇ ਗੁਰੂ ਨਾਨਕ ਦੀਆਂ ਪ੍ਰਸੰਸਾ ਗੁਰੂ ਨਾਨਕ ਦੀਆਂ ਗੱਲਾਂ ਕਰਨਗੇ ਗੁਰੂ ਨਾਨਕ ਨੂੰ ਯਾਦ ਕਰਨਗੇ ਤੇ ਉਹਨਾਂ ਤੋਂ ਅਸ਼ੀਰਵਾਦ ਲੈਣਗੇ ਦੋ ਸਵਾਲ ਉਠਾਏ ਗਏ ਨੇ ਸਰਕਾਰ ਦੇ ਉੱਤੇ ਪਹਿਲਾ ਕਿ ਜਿਹੜਾ ਬੋਰਡ ਸੀਗਾ ਉਹ ਇੰਗਲਿਸ਼ ਚ ਕਿਉਂ ਬਣਾਇਆ ਗਿਆ ਦੂਜਾ ਕਿ ਅੱਜ ਜਿਹਨੇ ਉਠਾਇਆ ਇਸ ਸਵਾਲ ਆਮ ਆਦਮੀ ਪਾਰਟੀ ਵੱਲੋਂ ਉਠਾਇਆ ਗਿਆ ਆਮ ਆਦਮੀ ਪਾਰਟੀ ਆਦੇ ਏਜੰਡੇ ਚੋਂ ਖਤਮ ਹੋ ਚੁੱਕੀ ਹੈ ਅਮਰੀਕਾ ਚ ਰਹਿੰਦਾ ਸਿੱਖ ਜਿਹੜਾ ਅੰਗਰੇਜ਼ੀ ਚ ਗੁਟਕਾ ਸਾਹ ਪੜਦਾ ਹੈ ਅੰਗਰੇਜ਼ੀ ਚ ਅੱਜ ਗੋਰੇ ਲੋਕ ਜਿਹੜੇ ਟਰਬਨ ਬੰਨ ਕੇ ਗੋਲ ਪੱਗ ਬੰਨ ਕੇ ਗੁਰੂ ਨਾਨਕ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਗੇ ਉਹ ਸੁਬਾ ਅੰਗਰੇਜ਼ੀ 'ਚ ਕਿਉਂ ਗੱਲ ਕਰਨਗੇ ਇਹ ਸਭ ਵਾਹਜਾਤ ਗੱਲਾਂ ਐ ਕਿਤੇ ਹਿੰਦੀ 'ਚ ਲਿਖਿਆ ਜਾਣਾ ਕਿਤੇ ਪੰਜਾਬੀ 'ਚ ਲਿਖਿਆ ਜਾਣਾ ਕਿਤੇ ਅੰਗਰੇਜ਼ੀ 'ਚ ਲਿਖਿਆ ਜਾਣਾ ਉਹ ਲਿਖਿਆ ਗੁਰੂ ਨਾਨਕ ਦੇਵ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇੱਥੇ ਕਈ ਲੋਕ ਐਸੇ ਵੀ ਹੋਣਗੇ ਹੋ ਸਕਦਾ ਜਿਨ੍ਹਾਂ ਨੂੰ ਪੰਜਾਬੀ ਨਹੀਂ ਪੜਨੀ ਹੁੰਦੀ ਹੋਵੇ ਉਹ ਅੰਗਰੇਜ਼ੀ ਅੰਗਰੇਜ਼ੀ ਪੜਨ ਹੋ ਸਕਦਾ ਕਿ ਇਹਨੂੰ ਅੰਗਰੇਜ਼ੀ ਨਾ ਪੜਨੀ ਆਉਂਦੀ ਹੋਵੇ ਪਟਨਾ ਸਾਹਿਬ ਦਿਹਾੜਾ ਮਨਾਇਆ ਸੀ ਹਿੰਦੀ ਚ ਲੋਕਾਂ ਨੇ ਪੜਿਆ ਗਿਆ ਇਹ ਸਭ ਫਾਲਤੂ ਦੀਆਂ ਤੇ ਵਾਹਜ਼ਾਤ ਗੱਲਾਂ ਆ ਕਿ ਪੰਜਾਬੀ ਚ ਲਿਖਿਆ ਹੋਣਾ ਚਾਹੀਦਾ ਅੰਗਰੇਜ਼ੀ ਚ ਲਿਖਿਆ ਹੋਣਾ ਚਾਹੀਦਾ ਜੀ ਦੂਜੀ ਗੱਲ ਇਹ ਆ ਕਿ ਜਿਹੜਾ ਕਿ ਬਿੱਲ ਪਾਸ ਬਿੱਲ ਅੱਜ ਕਿਉਂ ਪੇਸ਼ ਕੀਤੇ ਜਾ ਰਹੇ ਨੇ ਬੜਾ ਬਾਰ ਬਾਰ ਸਵਾਲ ਖੜਾ ਕੇ ਹੋ ਰਹੇ ਨੇ ਸਵੇਰ ਪਾਠ ਕਰਕੇ ਆਉਂਗੇ ਅੱਜ ਕੱਲ ਮੈਂ ਸੁਲਤਾਨਪੁਰ ਲੋਧੀ ਗਿਆ ਸੀ ਮੱਥਾ ਟੇਕਿਆ ਦਿਹਾੜਾ ਮਨਾਇਆ ਉਸ ਤੋਂ ਬਾਅਦ ਮੈਂ ਘਰ ਦੇ ਕੰਮ ਨਹੀਂ ਕੀਤੇ ਮੈਂ ਕਰਿਆ ਆਇਆ ਕੱਪੜੇ ਬਦਲੇ ਆਪਦੀ ਇੱਕ ਮਿੰਟ ਅੱਜ ਦਾ ਇਜਲਾਸ ਤਾਂ ਸਪੈਸ਼ਲੀ ਪ੍ਰਕਾਸ਼ ਪਰਮਨੂੰ ਸਮਰਪਿਤ ਹੈ ਇਜਲਾਸ ਤੋਂ ਬਾਅਦ ਅਸੀਂ ਆਪਦੀ ਵਿਧਾਨ ਸਭਾ ਔਰ ਪੰਜਾਬ ਸਰਕਾਰ ਦੀਆਂ ਪ੍ਰੋਸੀਡਿੰਗ ਚਲਾ ਸਕਦੇ ਹਾਂ ਕਿਹੜੇ ਕਾਨੂੰਨ ਚ ਲਿਖਿਆ ਹੈ ਦੂਸਰੀ ਗੱਲ ਅਸੀਂ ਸਵੇਰ ਗੁਰਦੁਆਰੇ ਉੱਥੇ ਸੁਲਤਾਨਪੁਰ ਗਏ ਉਸ ਤੋਂ ਬਾਅਦ ਸਾਰਾ ਦਿਨ ਕੰਮ ਕੀਤਾ ਹੁਣ ਤੁਸੀਂ ਸਵੇਰੋਂ ਪਾਠ ਕੀਤਾ ਅੱਜ ਦਿਹਾੜੇ ਤੋਂ ਬਾਅਦ ਉਸ ਤੋਂ ਬਾਅਦ ਹਰ ਬੰਦੇ ਨੇ ਆਪਦੀ ਰੂਟੀਨ ਦੇ ਕੰਮ ਕਰ ਰਹੇ ਸੋ ਇਸ ਕਰਕੇ ਪੰਜਾਬ ਸਰਕਾਰ ਆਪਦੇ ਰੂਟੀਨ ਦੇ ਕੰਮ ਕਰਦੀ ਹੋਈ ਉਹ ਖੀਤ ਤੱਕ ਪਹਿਲਾਂ ਗੁਰੂ ਦਾ ਦਿਹਾੜਾ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਨਾ ਫਿਰ ਆਪਦੀ ਘਰ ਗ੍ਰੇਸਟੀ ਤੇ ਤੇ ਆਪਦੀ ਸਰਕਾਰ ਦੇ ਕੰਮ ਕਰਨਾ ਤੇ ਆ ਜੀ ਸਾਡੇ ਨਾਲ ਰਾਜਾ ਅਮਰਿੰਦਰ ਵੜਿੰਗ ਜਿਨ੍ਹਾਂ ਨੇ ਸਾਫ਼ ਤੌਰ ਤੇ ਕਲੈਰੀਫਿਕੇਸ਼ਨ ਦਿੱਤੀ ਜਿਹੜੇ ਜਿਹੜੇ ਕਿ ਆਮ ਆਦੀ ਪਾਰਟੀ ਵੱਲੋਂ ਸਵਾਲ ਚੁੱਕੇ ਗਏ ਨੇ ਕਾਂਗਰਸ ਦੇ ਉੱਤੇ ਰੂਲਿੰਗ ਪਾਰਟੀ ਦੇ ਹੋਂਤੇ ਕਿ ਇਹਨਾਂ ਵੱਲੋਂ ਜਿਹੜਾ ਕਿ ਬੋਰਡ ਇੰਗਲਿਸ਼ ਚ ਬਣਾਇਆ ਗਿਆ ਉਹ ਕਿਉਂ ਬਣਾਇਆ ਗਿਆ ਤੇ ਦੂਜੀ ਗੱਲ ਜਿਹੜੇ ਕਿ ਬਿੱਲ ਅੱਜ ਪਾਸ ਕੀਤੇ ਜਾ ਰਹੇ ਨੇ ਉਹ ਕਿਉਂ ਪਾਸ ਕੀਤੇ ਜਾ ਰਹੇ ਨੇ ਕੈਮਰਾਮੈਨ ਰਾਜੇਸ਼ ਦੇ ਨਾਲ ਮੋਲ ਸਿੰਘ ਗੁਲਾਟੀ ਲਿਵਿੰਗ ਇਨ న్యూਸ ਚੰਦ हर तरह के हड्डिया जोड़ा रीढ़ की हड्डी की बीमारिया का इलाज विदेशों तो माहिर डॉक्टर वालों अंतरराष्ट्रीय पदर की तकनीक जाता है संपर्क करो एन के जॉइंट एंड स्पाइन सेंटर बी आर एस नगर लुधियाना नौ सौ सतर नौ सौ